ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਰੀਡਰ 78 2019 ਐਡੀਸ਼ਨ ਲੈਸਰ ਚਾਰ ਵਿੱਚ ਤੁਹਾਡਾ ਜੀ ਆਇਆਂ ਅੱਜ ਵੀ ਅਪਾ ਇੱਕ ਜ਼ਰੂਰੀ ਪਾਠ ਪੜਾਂਗੇ ਜਿਹਦਾ ਕਿ ਬਹੁਤ ਬੱਚਿਆਂ ਦੇ ਉੱਤੇ ਅਸਰ ਪੈਂਦਾ ਠੀਕ ਹੈ ਪਿਛਲੇ ਹਫਤੇ ਸੀ ਪੜਿਆਸੀ ਕੇ ਬੁੱਲਿੰਗ ਕੀ ਹੁੰਦੀ ਹੈ ਕਿਹਦੇ ਨਾਲ ਹੁੰਦੀ ਹੈ ਤੇ ਇਹਦਾ ਅਸਰ ਕੀ ਹੁੰਦਾ ਹੈ ਇਹਦਾ ਇਲਾਜ ਕੀ ਹੈ ਅੱਜ ਜਿਸ ਇੱਕ ਬੱਚੇ ਦੀ ਕਹਾਣੀ ਪੜਾਂਗੇ ਜਿਹਦੇ ਨਾਲ ਕੇ ਬੁੱਲਿੰਗ ਹੋਈ ਇਹ ਅਸਲੀ ਕਹਾਣੀ ਹੈ ਇਹਦੇ ਵਿੱਚ ਮੈਂ ਬੱਚੇ ਦਾ ਨਾਮ ਬਦਲਿਆ ਪਰ ਇਸ ਤਰ੍ਹਾਂ ਇਹ ਐਕਚੁਅਲੀ ਇਸ ਤਰ੍ਹਾਂ ਹੋਇਆ ਠੀਕ ਹੈ ਤਕੜਾਂ ਦਾ ਇੱਕ ਸ਼ਿਕਾਰ ਇਹ ਵਿਕਟਮ ਆਫ ਬੁੱਲਿੰਗ ਪੇਟ ਇੱਕ ਗੋਰਾ ਮੁੰਡਾ ਸੀ ਉਸਦੇ ਕੰਨ ਬਾਹਰ ਨੂੰ ਨਿਕਲੇ ਹੋਏ ਸਨ ਉਸ ਨੂੰ ਬੁਲੀ ਬਹੁਤ ਤੰਗ ਕਰਦੇ ਕਦੀ ਉਸ ਦੇ ਕੰਨ ਖਿੱਚਦੇ ਕਦੀ ਉਸ ਨੂੰ ਤੱਪੜ ਮਾਰਦੇ ਕਦੀ ਇਸ ਨੂੰ ਛੁੱਡਾ ਮਾਰ ਕੇ ਡੇਕ ਦਿੰਦੇ ਕਦੀ ਤੱਕੇ ਮਾਰਦੇ ਤੇ ਕਦੀ ਉਸ ਨੂੰ ਬਣੀ ਰੈਬਿਟ ਕਹਿ ਕੇ ਛੇੜਦੇ ਪੀਟ ਨੇ ਆਪਣੇ ਮਾਂ-ਬਾਪ ਨੂੰ ਨਾ ਦੱਸਿਆ ਕਿ ਉਸ ਨੂੰ ਮੁੰਡੇ ਤੰਗ ਕਰਦੇ ਹਨ ਉਹ ਸੋਚਦਾ ਸੀ ਕਿ ਇਹ ਸਭ ਉਸ ਦਾ ਹੀ ਕਸੂਰ ਹੈ ਉਹ ਸੋਚਦਾ ਸੀ ਜੇ ਮੇਰੇ ਕੰਨ ਠੀਕ ਹੁੰਦੇ ਤਾਂ ਮੈਨੂੰ ਕੋਈ ਨਾ ਛੇੜਦਾ ਜੇ ਮੈਂ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਬੁੱਲੀ ਮੈਨੂੰ ਹੋਰ ਵੀ ਤੰਗ ਕਰਨਗੇ ਇਸ ਮੁਸ਼ਕਲ ਬਾਰੇ ਕੁਝ ਵੀ ਨਹੀਂ ਕੀਤਾ ਜਾ ਸਕਦਾ ਮੇਰੀ ਕੋਈ ਮਦਦ ਨਹੀਂ ਕਰ ਸਕਦਾ ਇਸ ਲਈ ਉਹ ਬੁੱਲਿੰਗ ਇਕੱਲਾ ਹੀ ਸਹਿੰਦਾ ਰਿਹਾ ਇੱਕ ਦਿਨ ਉਸ ਨੂੰ ਕੋਰੇ ਬੁੱਲੀ ਨੇ ਬਹੁਤ ਤੰਗ ਕੀਤਾ ਪੀੜ ਰੋਂਦਾ ਰੋਂਦਾ ਕਰ ਆਇਆ ਸਿੱਧਾ ਆਪਣੇ ਕਮਰੇ ਵਿੱਚ ਚਲਾ ਗਿਆ ਬੁਹਾ ਤਾੜ ਕਰਕੇ ਬੰਦ ਕਰ ਦਿੱਤਾ ਉਸਦੀ ਮੰਮੀ ਉਸਦੇ ਕਮਰੇ ਵਿੱਚ ਗਈ ਉਸਨੇ ਮਾਂ ਨੂੰ ਦੱਸ ਹੀ ਦਿੱਤਾ ਮੰਮੀ ਨੇ ਉਸਨੂੰ ਬਹੁਤ ਪਿਆਰ ਕੀਤਾ ਪ੍ਰਿੰਸੀਪਲ ਨੂੰ ਫੋਨ ਕੀਤਾ ਅਗਲੇ ਦਿਨ ਪ੍ਰਿੰਸੀਪਲ ਨੇ ਕੋਰੀ ਅਤੇ ਹੋਰ ਟੱਕੜਾਂ ਨੂੰ ਵਾਰਨਿੰਗ ਦਿੱਤੀ ਪਰ ਉਹ ਫਿਰ ਵੀ ਉਸਨੂੰ ਤੰਗ ਕਰਦੇ ਰਹੇ ਪੀਟ ਬਹੁਤ ਉਦਾਸ ਸੀ ਉਸ ਦਾ ਘਰ ਤੋਂ ਬਾਹਰ ਜਾਣ ਨੂੰ ਵੀ ਦਿਲ ਨਾ ਕਰਦਾ ਉਹ ਖੇਡਦਾ ਵੀ ਨਾ ਸਕੂਲ ਦਾ ਕੰਮ ਵੀ ਨਾ ਕਰਦਾ ਅਖੀਰ ਤੇ ਪੀਠ ਨੇ ਸਭ ਤੋਂ ਵੱਡੇ ਬੁੱਲੀ ਕੋਰੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਹਿਲਾਂ ਤਾਂ ਕੋਰੀ ਬਹੁਤ ਔਖਾ ਬੋਲਿਆ ਪਰ ਫਿਰ ਉਹ ਪੀਠ ਨਾਲ ਬੈਠ ਗਿਆ ਪੀਠ ਨੇ ਉਸ ਨੂੰ ਦੱਸਿਆ ਕਿ ਉਸ ਦਾ ਮਨ ਬਹੁਤ ਦੁਖਦਾ ਹੈ ਜਦ ਬੁੱਲੀ ਉਸ ਨੂੰ ਛੇੜਦੇ ਹਨ ਉਸ ਨੇ ਕੋਰੀ ਨੂੰ ਪੁੱਛਿਆ ਤੈਨੂੰ ਮੇਰੀ ਕਿਹੜੀ ਗੱਲ ਤੇ ਗੁੱਸਾ ਆਉਂਦਾ ਹੈ ਕੋਰੀ ਨੇ ਪੀਠ ਵੱਲ ਧਿਆਨ ਨਾਲ ਦੇਖਿਆ ਉਹ ਕੁਝ ਵੀ ਨਾ ਕਹਿ ਸਕਿਆ ਫਿਰ ਬੋਲਿਆ ਯਾਰ ਮੇਰਾ ਆਪਣਾ ਮਨ ਬਹੁਤ ਦੁਖਿਆ ਹੈ ਹੋਇਆ ਹੈ ਮੇਰਾ ਡੈਡੀ ਸ਼ਰਾਬ ਪਿੰਦਾ ਹੈ ਨਸ਼ਾ ਕਰਦਾ ਹੈ ਜਦ ਉਸ ਨੂੰ ਗੁੱਸਾ ਆਉਂਦਾ ਹੈ ਤਾਂ ਉਹ ਮੈਨੂੰ ਅਤੇ ਮੇਰੀ ਮੰਮੀ ਨੂੰ ਥੱਪੜ ਲਾ ਦਿੰਦਾ ਹੈ ਮੈਨੂੰ ਆਪਣੇ ਡੈਡੀ ਕੋਲੋਂ ਡਰ ਲੱਗਦਾ ਹੈ ਮੈਨੂੰ ਇਸ ਲਈ ਗੁੱਸਾ ਆ ਜਾਂਦਾ ਹੈ ਪੀਟ ਨੂੰ ਕੋਰੀ ਤੇ ਤਰਸਾਇਆ ਦੋਹਾਂ ਨੇ ਹੱਥ ਮਲਾਏ ਅਤੇ ਕਲਾਸ ਵਿੱਚ ਚਲੇ ਗਏ ਕੋਰੀ ਨੇ ਫਿਰ ਪਿੱਠ ਨੂੰ ਤੰਗ ਨਹੀਂ ਕੀਤਾ ਇਸ ਕਹਾਣੀ ਦਾ ਅੰਤ ਚੰਗਾ ਹੋਇਆ ਪਰ ਕਈ ਬੁੱਲਿੰਗ ਦੀਆਂ ਕਹਾਣੀਆਂ ਇਸ ਤਰ੍ਹਾਂ ਖਤਮ ਨਹੀਂ ਹੁੰਦੀਆਂ ਉਹਨਾਂ ਦਾ ਅੰਤ ਬਹੁਤ ਡਰਾਉਣਾ ਹੁੰਦਾ ਹੈ ਇਸ ਲਈ ਬੁੱਲਿੰਗ ਇਕੱਲੇ ਨਾ ਸਹੋ ਕਿਸੇ ਨਾਲ ਇਸ ਬਾਰੇ ਗੱਲਬਾਤ ਜ਼ਰੂਰ ਕਰੋ ਤੁਹਾਨੂੰ ਵੀ ਖੁਸ਼ ਰਹਿਣ ਦਾ ਪੂਰਾ ਹੱਕ ਹੈ ਆਪਣਾ ਹੱਕ ਵਰਤੋ ਇਸ ਪਾਠ ਦੇ ਵਿੱਚ 420 ਸ਼ਬਦ ਨੇ ਜੇ ਤੁਸੀਂ 70 ਸ਼ਬਦ ਹਰ ਮਿੰਟ ਵਿੱਚ ਪੜ ਸਕਦੇ ਹੋ ਤੇ ਤੁਸੀਂ 6 ਮਿੰਟ ਵਿੱਚ ਇਹ ਕਹਾਣੀ ਪੜ ਸਕੋਗੇ ਠੀਕ ਹੈ ਪਰ ਮੈਨੂੰ ਲੱਗਦਾ ਤੁਸੀਂ ਜਲਦੀ ਪੜ ਲੋਗੇ ਟਾਈਮਰ ਲਾ ਕੇ ਪੜ ਕੇ ਦੇਖਣਾ ਪ੍ਰਸ਼ਨਾਂ ਦੇ ਉੱਤਰ ਲਿਖੋ ਪੰਜਾਬੀ ਵਿੱਚ ਪੇਟ ਨੂੰ ਬੁੱਲੀ ਕਿਉਂ ਤੰਗ ਕਿਉਂ ਕਰਦੇ ਸਨ ਸੰਯਾਦਨ ਕਿ ਉਹਦੇ ਕੰਨ ਵੱਡੇ ਸੀ ਰਾਈਟ ਪੇਟ ਨੇ ਆਪਣੇ ਮਾਂ-ਬਾਪ ਨੂੰ ਬੁੱਲਿੰਗ ਬਾਰੇ ਕਿਉਂ ਨਹੀਂ ਦੱਸਿਆ ਰੀਮਬਰ ਉਹ ਉਹ ਸੋਚਦਾ ਸੀ ਕਿ ਉਹਦਾ ਹੀ ਕਸੂਰ ਹੈ ਤੇ ਉਹ ਮੰਮੀ ਡੈਡੀ ਕੁਝ ਨਹੀਂ ਕਰ ਸਕਣਗੇ ਉਹਦੇ ਰਾਈਟ ਮਦਦ ਨਹੀਂ ਕਰ ਸਕਣਗੇ ਜਦ ਪੀਟ ਦੀ ਮਾਂ ਨੇ ਪ੍ਰਿੰਸੀਪਲ ਨੂੰ ਬੁਲਿੰਗ ਬਾਰੇ ਦੱਸਿਆ ਤਾਂ ਉਸ ਦਾ ਕੀ ਅਸਰ ਹੋਇਆ ਪ੍ਰਿੰਸੀਪਲ ਨੇ ਬੁੱਲੀਸ ਨੂੰ ਵਾਰਨਿੰਗ ਦਿੱਤੀ ਰਾਈਟ ਪੀਟ ਦੀ ਬੁਲਿੰਗ ਕਿਵੇਂ ਬੰਦ ਹੋਈ ਜੰਦੋਪੀਟ ਨੇ ਕੋਰੀ ਨਾਲ ਗੱਲਬਾਤ ਕੀਤੀ ਹੈਟਪੀਟ ਨੇ ਉਹਨੂੰ ਪੁੱਛਿਆ ਕਿ ਤੈਨੂੰ ਮੇਰੇ ਤੇ ਕਿਉਂ ਗੁੱਸਾ ਆਉਂਦਾ ਹੈ ਤੂੰ ਮੈਨੂੰ ਕਿਉਂ ਛੇੜਦਾ ਹੈ ਤਾਂ ਕੋਰੀ ਨੇ ਉਹਨੂੰ ਆਪਣੀ ਜ਼ਿੰਦਗੀ ਦੀ ਹਾਲਤ ਬਾਰੇ ਦੱਸਿਆ ਠੀਕ ਹੈ ਸੋ ਮੇਨ ਗੱਲ ਕਿ ਉਹਨੇ ਜਦੋਂ ਬੁੱਲੀ ਦੇ ਨਾਲ ਗੱਲ ਕੀਤੀ ਕੋਰੀ ਬੁੱਲੀ ਕਿਉਂ ਕਰਦਾ ਸੀ ਕਿਉਂਕਿ ਉਹਦੇ ਆਪਣੇ ਘਰ ਦੇ ਹਾਲਾਤ ਠੀਕ ਨਹੀਂ ਸੀ ਠੀਕ ਹੈ ਹੇਠਾਂ ਲਿਖੇ ਸ਼ਬਦਾਂ ਨੂੰ ਮਤਲਬ ਨਾਲ ਜੋੜੋ ਸ਼ਾਇਦ ਸੋ which is ਸ਼ਾਇਦ ਪਰ ਹੈਪਸ ਕਸੂਰ ਫால்ਟ ਸੋ ਐਟ ਦ ਸਿਸ਼ਬਦ ਪੜਕੇ ਇਹਨਨੂੰ ਉਹਨਾਂ ਦੇ ਨਾਲ ਜੋੜੋਗੇ ਇਹਦੇ ਨਾਲ ਤੁਹਾਨੂੰ ਪੰਜਾਬੀ ਦੀ ਪ੍ਰੈਕਟਿਸ ਹੋ ਜਾਏਗੀ ਕੀ ਤੁਸੀਂ ਕਿਸੇ ਦੀ ਬੁੱਲਿੰਗ ਹੁੰਦੀ ਦੇਖੀ ਹੈ ਕੀ ਹੋਇਆ ਤੁਸੀਂ ਇਸ ਬਾਰੇ ਕੀ ਕੀਤਾ ਇਹ ਮੁਸ਼ਕਲ ਕਿਵੇਂ ਹੱਲ ਹੋਈ ਰਾਈਟ ਤੁਸੀਂ ਇਹਨੂੰ ਪਹਿਲੇ ਇੰਗਲਿਸ਼ ਵਿੱਚ ਲਿਖ ਸਕਦੇ ਹੋ ਫਿਰ ਤੁਸੀਂ ਇਹਨੂੰ ਪੰਜਾਬੀ ਵਿੱਚ ਟ੍ਰਾਂਸਲੇਟ ਕਰ ਸਕਦੇ ਹੋ ਪੰਜ 6 ਵਾਕ ਬਹੁਤ ਜ਼ਿਆਦਾ ਨਹੀਂ ਲਿਖਨੇ ਪੰਜ 6 ਵਾਕ ਤੁਸੀਂ ਲਿਖੋ ਜਿਦੇ ਵਿੱਚ ਕਿ ਤੁਸੀਂ ਸਾਰੇ ਪ੍ਰਸ਼ਨਾਂ ਦੇ ਉੱਤਰ ਦੇ ਸਕੋ ਰਿਮੈਂਬਰ ਜਿੰਨਾ ਜ਼ਿਆਦਾ ਪੜੋਗੇ ਜਿੰਨਾ ਜ਼ਿਆਦਾ ਲਿਖੋਗੇ ਉਨਨੀ ਜ਼ਿਆਦਾ ਤੁਹਾਡੀ ਪੰਜਾਬੀ ਦੀ ਪ੍ਰੈਕਟਿਸ ਹੋਏਗੀ ਇਹ ਸ਼ਬਦ ਖੋਜ ਆ ਵਰਡ ਸਰਚ ਇਹਦੇ ਵਿੱਚੋਂ ਤੁਸੀਂ ਇਹ ਸ਼ਬਦ ਲੱਭ ਕੇ ਤੇ ਤੁਸੀਂ ਸਰਕਲ ਕਰੋਗੇ ਨਾ ਠੀਕ ਹੈ 올 ਰਾਈਟ ਸੋ ਇਹ ਸਾਡਾ ਅੱਜ ਦਾ ਲੈਸਨ ਸੀ ਤੇ ਉਮੀਦ ਕਰਦੀਆਂ ਕਿ ਤੁਹਾਨੂੰ ਪੰਜਾਬੀ ਪੜਨ ਦੇ ਵਿੱਚ ਕੁਝ Uh, सुखालियापन महसूस होया होगा तुम बैटर सीखोगे पंजाबी लिखनी पढ़नी अगले पाठ विच फिर मिलते हैं वाहगुरु जी का खालसा वाहगुरु जी की फतेह